ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਅੱਜ ਦੀ ਨਿਊਜ਼ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਦੇਖੋ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅਲਾਓ ਕੀਤਾ ਹੈ ਪੰਜਾਬ ਗਵਰਨਮੈਂਟ ਨੂੰ ਕਿ ਉਹ 144 ਪੋਸਟਾਂ ਜਿਹੜੀਆਂ ਉਹ ਫਿਲ ਕਰ ਸਕਦੀ ਹੈ ETO ਦੀਆਂ। ETO ਮਤਲਬ ਐਕਸਾਈਜ਼ ਐਂਡ ਟੈਕਸੇਸ਼ਨ ਆਫਿਸਰ ਦੀਆਂ ਪੋਸਟਾਂ ਜਿਹੜੀਆਂ ਹੈ, 144 ਪੋਸਟਾਂ ਜਿਹੜੀਆਂ ਉਹ ਫਿਲ ਕਰ ਸਕਦੀ ਹੈ ਪੰਜਾਬ ਗਵਰਨਮੈਂਟ। ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅਲਾਓ ਕੀਤਾ ਹੈ ਪੰਜਾਬ ਗਵਰਨਮੈਂਟ ਨੂੰ। ਤੋ ਇਹ ਪੂਰੀ ਨਿਊਜ਼ ਕੀ ਹੈ, ਪੂਰੀ ਨੋਟੀਫਿਕੇਸ਼ਨ ਕੀ ਹੈ, ਔਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਜਿਹੜਾ ਦਿੱਤਾ ਹੈਗਾ ਉਹ ਕੀ ਇਹ ਫੈਸਲਾ ਹੈ, ਇਸ ਦੇ ਬਾਰੇ ਚਰਚਾ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੋ ਚੱਲਦੇ ਹਾਂ ਆਪਾਂ ਇਸ ਨਿਊਜ਼ ਵੱਲੀ। ਦੇਖੋ, ਐਕਚੁਅਲ ਦੇ ਵਿੱਚ ਆਬਕਾਰੀ ਅਤੇ ਕਰ ਇੰਸਪੈਕਟਰ ਐਸੋਸੀਏਸ਼ਨ ਦੀ ਇੱਕ ਪਟੀਸ਼ਨ ਦਾਇਰ ਹੋਈ ਹੋਈ ਸੀਗੀ। ਉਸ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਸੰਜੀਵ ਪ੍ਰਕਾਸ਼ ਸ਼ਰਮਾ, ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਦੁਆਰਾ ਇਹ ਫੈਸਲਾ ਲਿਆ ਗਿਆ ਕਿ 115 ਭਰਤੀਆਂ ਜਿਹੜੀਆਂ, 15 ਅਸਾਮੀਆਂ ਸਿੱਧੀ ਭਰਤੀ ਰਾਹੀਂ ਜਿਹੜੀਆਂ ਉਹ ਭਰਨ ਦੀ ਇਜਾਜ਼ਤ ਜਿਹੜੀ ਹੈ ਉਹ ਮਿਲੀ ਹੈ ਪੰਜਾਬ ਗਵਰਨਮੈਂਟ ਨੂੰ, ਕਿਸ ਰੂਪ ਵਿੱਚ, ਆਬਕਾਰੀ ਅਤੇ ਕਰ ਅਫਸਰ ਦੇ ਰੂਪ ਦੇ ਵਿੱਚ। ਠੀਕ ਹੈ, ਹੁੰਦਾ ਕੀ ਹੈ ਕਿ ਜੋ ਇੰਸਪੈਕਟਰ ਹੈ ਉਹ ਐਕਚੁਅਲ ਦੇ ਵਿੱਚ ਪ੍ਰਮੋਟ ਹੋ ਕੇ ਆਫਿਸਰ ਬਣਦੇ ਨੇ, ਲੇਕਿਨ ਇੱਥੇ ਜਿਹੜਾ ਉਹ ETO ਦੀਆਂ ਸਿੱਧੀਆਂ ਭਰਤੀਆਂ ਕਰਨ ਦੀ ਇਜਾਜ਼ਤ ਪੰਜਾਬ ਗਵਰਨਮੈਂਟ ਨੂੰ ਮਿਲੀ ਹੈ, ਜਿੱਥੇ 115 ਜਿਹੜੇ ਹੈਗੇ ਆ ਉਹ ਸਿੱਧੀਆਂ ਭਰਤੀਆਂ ਕੀਤੀਆਂ ਜਾ ਸਕਦੀਆਂ। ਹੁਣ ਇਹ ਸਿੱਧੀਆਂ ਭਰਤੀਆਂ ਜਿਹੜੀਆਂ ਕੀਤੀਆਂ ਜਾਣਗੀਆਂ, ਠੀਕ ਹੈ, ਔਰ ਇਹ ਇਗਜ਼ਾਮ ਦੇ ਰੂਪ ਵਿੱਚ ਇਹ ਭਰਤੀ ਹੋਏਗੀ। ਠੀਕ ਹੈ, ਇਹ ਇਗਜ਼ਾਮ ਦੇ ਰੂਪ ਵਿੱਚ ਇਹ ਭਰਤੀ ਹੋਏਗੀ, ਔਰ ਇਹ ਕਦੋਂ ਇਗਜ਼ਾਮ ਹੁੰਦਾ ਤਾਂ ਤੁਸੀਂ ਕਹਿ ਸਕਦੇ ਹੋ ਕਿ 1 ਜਾਂ 2 ਮਹੀਨੇ ਬਾਅਦ ਇਹਦਾ ਨੋਟੀਫਿਕੇਸ਼ਨ ਰਿਲੀਜ਼ ਕਰ ਹੀ ਦਿੱਤਾ ਜਾਏਗਾ, ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਫੈਸਲਾ ਆਇਆ। ਤਾਂ ਇਸ ਕਰਕੇ ਇਸ ਜਿਹੜਾ ਹੈਗਾ ਇਸ ਇਹਨਾਂ ਪੋਸਟਾਂ ਨੂੰ ਜਲਦੀ ਹੀ ਫਿਲ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕੀਤੀ ਜਾਏਗੀ। ਔਰ ਉਸਦੇ ਨਾਲ ਅੱਗੇ ਅਗਰ ਆਪਾਂ ਗੱਲ ਕਰੀਏ ਤਾਂ ਦੇਖੋ, ਐਕਚੁਅਲ ਦੇ ਵਿੱਚ ਜੋ ਟੋਟਲ ETO ਦੀਆਂ ਪੋਸਟਾਂ ਨੇ ਪੰਜਾਬ ਦੇ ਵਿੱਚ ਉਹ ਕਿੰਨੀਆਂ ਨੇ, ਦੇਖੋ ਟੋਟਲ ਜੋ ਪੋਸਟਾਂ ਨੇ ਉਹ ਹੈ 395। ਠੀਕ ਹੈ, 395 ਟੋਟਲ ਪੋਸਟਾਂ ਨੇ, ਜਿਨ੍ਹਾਂ ਵਿੱਚੋਂ 144 ਅਸਾਮੀਆਂ ਖਾਲੀ ਪਈਆਂ। ਹੁਣ ਇਹਨਾਂ 144 ਅਸਾਮੀਆਂ ਨੂੰ ਭਰਨ ਦੇ ਲਈ ਜਿਹੜਾ ਹੈਗਾ ਉਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾਇਆ, ਔਰ ਇਸ ਦੇ ਵਿੱਚ ਕੀ ਫੈਸਲਾ ਸੁਣਾਇਆ ਕਿ 144 ਪੋਸਟਾਂ ਵਿੱਚੋਂ ਜੋ 121 ਪੋਸਟਾਂ ਨੇ, ਜੋ 121 ਪੋਸਟਾਂ ਨੇ ਉਹਨਾਂ ਨੂੰ ਡਾਇਰੈਕਟ ਜਿਹੜਾ ਹੈਗਾ ਉਹ ਭਰਿਆ ਜਾਵੇ। ਠੀਕ ਹੈ, 121 ਪੋਸਟਾਂ ਨੂੰ ਜਿਹੜਾ ਸੀਗਾ ਉਹ ਡਾਇਰੈਕਟ ਭਰਿਆ ਜਾਵੇ, ਔਰ ਜੋ 23 ਪੋਸਟਾਂ ਨੇ, ਜੋ 23 ਪੋਸਟਾਂ ਨੇ ਉਹਨਾਂ ਦੇ ਵਿੱਚ ਪ੍ਰਮੋਟ ਕੀਤੇ ਜਾਣ ਆਫਿਸਰ, ਮਤਲਬ ਆਫਿਸਰ ਜਿਹੜੇ ਹੈਗੇ ਆ ਉਹ ਜੋ ਇੰਸਪੈਕਟਰ ਹੈ ਉਹ ਪ੍ਰਮੋਟ ਹੋ ਕੇ ਆਫਿਸਰ ਬਣ 23 ਪੋਸਟਾਂ 'ਤੇ, ਔਰ ਜੋ 121 ਪੋਸਟ ਹੈ ਉਹਨਾਂ ਨੂੰ ਡਾਇਰੈਕਟ ਜਿਹੜਾ ਹੈਗਾ ETO ਭਰਤੀ ਕੀਤਾ ਜਾਵੇ। ਔਰ ਇਹ ਕਾਫੀ ਅੱਛੀ ਔਰ ਵੱਡੀ ਨਿਊਜ਼ ਹੈ, ਔਰ ਆਪਣੇ ਪੰਜਾਬ ਦੇ ਲਈ ਖੁਸ਼ਖਬਰੀ ਹੈ ਕਿ 144 ਪੋਸਟਾਂ ਜਿਹੜੀਆਂ ਹੈਗੀਆਂ ਉਹ ETO ਦੀਆਂ ਰਿਲੀਜ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 121 ਪੋਸਟਾਂ 'ਤੇ ਤੁਹਾਡਾ ਇਗਜ਼ਾਮ ਹੋਣਾ ਤੈਅ ਹੈ। ਠੀਕ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇਸਦਾ ਇਗਜ਼ਾਮ ਹੋਏਗਾ ਔਰ ਇਹ ਪੱਕਾ ਹੋਏਗਾ। ਇਸ ਕਰਕੇ ਅਪਕਮਿੰਗ ਦੇ ਵਿੱਚ ਤੁਸੀਂ ਇਸ ਨੂੰ ਰੱਖ ਕੇ ਤਿਆਰੀ ਕਰੋ, ਕਿਉਂਕਿ ਕਾਫੀ ਇੰਪੋਰਟੈਂਟ ਪੋਸਟ ਹੈ, ਕਿਉਂਕਿ ਡਾਇਰੈਕਟਲੀ ETO ਤੁਸੀਂ ਭਰਤੀ ਹੋਵੋਗੇ। ਇਸ ਕਰਕੇ ਹੁਣੇ ਤੋਂ ਹੀ ਇਸਦੀ ਤਿਆਰੀ ਜਿਹੜੀ ਆ ਉਹ ਸ਼ੁਰੂ ਤੁਸੀਂ ਕਰ ਸਕਦੇ ਹੋ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤਾਂ ਥੈਂਕ ਯੂ।